ਆਓ ਸੁਣੀਏ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ 21ਵੀਂ ਸਦੀ ਲੱਗਦਾ ਉਹ ਜੀ ਦੀ ਮਾਂ ਪੂਰੀ ਹੋ ਗਈ ਮੇਰੀ ਪਤਨੀ ਨੇ ਬਾਹਰੋਂ ਆ ਕੇ ਮੇਰੇ ਕੋਲ ਖਲੋਂਦਿਆਂ ਕਿਹਾ ਸਵੇਰੇ ਸਵੇਰੇ ਅਜੇ ਹੀ ਖਬਰ ਬੰਦੇ ਨੂੰ ਸੋਗੀ ਬਣਾ ਦਿੰਦੀ ਹੈ ਪਰ ਮੈਂ ਅਖਬਾਰ ਪੜ੍ਹ ਰਿਹਾ ਸੀ ਜੋ ਇਸ ਨਾਲੋਂ ਵੱਧ ਸੋਗੀ ਖਬਰਾਂ ਨਾਲ ਭਰਿਆ ਪਿਆ ਸੀ ਉਹ ਪਿੰਜਰੇ ਵਿੱਚ ਫਸੀ ਹੋਈ ਚੂਹੀ ਨੂੰ ਕਰੋਂ ਦੂਰ ਛੱਡਣ ਗਈ ਸੀ ਜਦੋਂ ਉਹਨੂੰ ਕਦੀ ਘਰ ਵਿੱਚ ਚੂਹਾ ਹੋਣ ਦਾ ਸ਼ੱਕ ਪੈਂਦਾ ਉਹ ਰਾਤ ਨੂੰ ਪਿੰਜਰਾ ਲਾ ਦਿੰਦੀ ਅਤੇ ਆਮ ਕਰਕੇ ਸਵੇਰ ਨੂੰ ਚੂਹਾ ਫਸਿਆ ਪਿਆ ਹੁੰਦਾ ਸਵੇਰੇ ਉੱਠ ਕੇ ਉਸ ਵਕਤੇ ਹੀ ਉਹਨੂੰ ਦੂਰ ਖਾਲੀ ਮੈਦਾਨ ਵਿੱਚ ਛੱਡ ਆਉਂਦੀ ਸੀ ਅੱਜ ਵੀ ਉਹ ਇਸੇ ਤਰ੍ਹਾਂ ਫਸੀ ਹੋਈ ਇੱਕ ਚੂਹੀ ਨੂੰ ਛੱਡ ਕੇ ਮੁੜੀ ਸੀ ਕਿਉਂ ਰੌਣ ਚੀਕਣ ਦਾ ਪਖੰਡ ਕਰਦੇ ਨੇ ਮੈਂ ਅਖਬਾਰ ਤੋਂ ਨਜ਼ਰ ਹਟਾ ਕੇ ਪੁੱਛਿਆ ਮੈਨੂੰ ਮਰਨ ਵਾਲੀ ਦੇ ਪੁੱਤਰ ਅਤੇ ਨੂੰ ਨਾਲ ਉੱਕਾ ਹੀ ਕੋਈ ਹਮਦਰਦੀ ਨਹੀਂ ਸੀ ਰੋਣਾ ਕੀ ਐ ਸੁਆ ਉਹਨਾਂ ਨੇ ਉਹਨਾਂ ਦੇ ਮਕਾਨ ਦੇ ਨਾਲ ਵਾਲੇ ਖਾਲੀ ਪਲਾਟ ਵਿੱਚ ਇੱਕ ਬਿਸਤਰਾ ਤੇ ਜਨਾਨੇ ਕੱਪੜੇ ਸੁੱਟੇ ਪਏ ਨੇ ਉਹਨੇ ਆਪਣੇ ਸ਼ੱਕ ਦਾ ਆਧਾਰ ਦੱਸਿਆ ਇਹ ਪਿੰਜਰੇ ਵਿੱਚ ਫਸੇ ਚੂਹਿਆਂ ਨੂੰ ਜਿਉਂਦੇ ਛੱਡ ਦੇਣ ਦੀ ਵੀ ਇੱਕ ਆਪਣੀ ਹੀ ਕਹਾਣੀ ਸੀ ਕੁਝ ਸਾਲ ਪਹਿਲਾਂ ਜਦੋਂ ਇਸ ਨਵੀਂ ਕਲੋਨੀ ਦੇ ਘਰ ਬਣਨੇ ਸ਼ੁਰੂ ਹੋਏ ਸਨ ਇਥੇ ਖੇਤ ਸਨ ਇੱਕ ਇੱਕ ਕਰਕੇ ਮਕਾਨ ਬੜਨੇ ਅਤੇ ਵੱਸਣੇ ਸ਼ੁਰੂ ਹੋਏ ਜੋ ਪਲਾਟ ਖਾਲੀ ਪਏ ਹੁੰਦੇ ਉਹਨਾਂ ਵਿੱਚ ਚੂਹੇ ਵੱਸਦੇ ਸਨ ਜਦੋਂ ਦਾ ਲੱਗਦਾ ਉਹ ਘਰਾਂ ਵਿੱਚ ਆਵੜਦੇ ਸਾਡੇ ਇਸ ਮਕਾਨ ਵਿੱਚ ਨਵੇਂ ਲਿਆਂਦੇ ਪਿੰਜਰੇ ਵਿੱਚ ਜਦੋਂ ਪਹਿਲਾ ਚੂਹਾ ਫਸਿਆ ਇਸ ਗੱਲ ਉੱਤੇ ਕਾਫੀ ਬਹਿਸ ਹੋਈ ਕਿ ਉਹਦਾ ਕੀ ਕੀਤਾ ਜਾਵੇ ਮੈਂ ਆਪਣਾ ਸੰਕੋਚ ਪ੍ਰਗਟ ਕੀਤਾ ਇਸ ਤਰ੍ਹਾਂ ਚੂਹਾ ਜਿਉਂਦਾ ਤਾਂ ਨਹੀਂ ਛੱਡਣਾ ਚਾਹੀਦਾ ਪਤਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਚੂਹੇ ਲੱਖਾਂ ਮਾਣ ਅਨਾਜ ਖਾ ਜਾਂਦੇ ਨੇ ਜੋ ਭੁੱਖੇ ਬੰਦਿਆਂ ਦੇ ਮੂੰਹ 'ਚ ਪੈ ਸਕਦਾ ਹੈ ਸਰਕਾਰੀ ਅੰਕੜੇ ਮੇਰੀ ਪਤਨੀ ਨੇ ਜਿਵੇਂ ਇਹ ਗੱਲ ਤਲੀ ਉੱਤੇ ਰੱਖ ਕੇ ਫੂਕ ਨਾਲ ਉਡਾ ਦਿੱਤੀ ਤੁਹਾਡਾ ਕੀ ਖਿਆਲ ਹੈ ਜੇ ਚੂਹੇ ਅਨਾਜ ਨਾ ਖਾਣ ਇਹ ਬੰਦਿਆਂ ਨੂੰ ਖਾਣ ਨੂੰ ਮਿਲ ਜਾਵੇ ਇਹ ਸਰਕਾਰੀ ਭੰਡਾਰਾਂ ਵਿੱਚ ਹੀ ਪਿਆ ਰਹੇ ਤੇ ਇਹਨੂੰ ਸੰਬੰਧਿਤ ਵਿਭਾਗਾਂ ਦੇ ਕਰਤੇ ਧਰਤੇ ਚੂਹੇ ਬਣ ਕੇ ਖਾਂਦੇ ਰਹਿਣ ਇਹ ਵਿਚਾਰੇ ਪੂਛਾਂ ਵਾਲੇ ਚੂਹੇ ਤਾਂ ਅਸਲ ਤਾਂਦਲੀਆਂ ਕਰਨ ਵਾਲੇ ਬੇਪੂਛੇ ਚੂਆਂ ਨੂੰ ਬਚਾਉਣ ਲਈ ਬਦਨਾਮ ਕੀਤੇ ਜਾਂਦੇ ਨੇ ਸੋ ਸਾਡੇ ਨਵੇਂ ਘਰ ਵਿੱਚ ਫਸਿਆ ਉਹ ਪਹਿਲਾ ਚੂਹਾ ਮਾਰਨ ਦੀ ਥਾਂ ਦੂਰ ਮੈਦਾਨ ਵਿੱਚ ਜਾ ਕੇ ਜਿਉਂਦਾ ਛੱਡ ਦਿੱਤੇ ਜਾਣ ਦਾ ਫੈਸਲਾ ਕਰ ਦਿੱਤਾ ਗਿਆ ਤੇ ਇਸ ਰੀਤ ਦੀ ਪੂਰਤੀ ਕਰਦਿਆਂ ਹੀ ਅੱਜ ਵੀ ਮੇਰੀ ਪਤਨੀ ਇੱਕ ਜਿਉਂਦੀ ਚੂਹੀ ਨੂੰ ਬਾਹਰ ਛੱਡ ਕੇ ਆਈ ਸੀ ਮੈਂ ਛਾਬੜਿਆ ਤੋਂ ਪਤਾ ਕਰਕੇ ਆਵਾਂ ਮੇਰੀ ਪਤਨੀ ਦੇ ਇਹ ਸ਼ਬਦ ਮੈਨੂੰ ਸਵਾਲ ਵੀ ਸਨ ਅਤੇ ਆਪਣੇ ਆਪ ਨਾਲ ਕੀਤੀ ਸਲਾਹ ਵੀ ਇੰਨਾ ਸਵੇਰੇ ਪਤਾ ਨਹੀਂ ਉਹ ਨਵਾਬ ਅਜੇ ਜਾਗੇ ਵੀ ਹੋਣ ਜਾਣੀ ਮੈਂ ਉੱਤਰ ਦਿੱਤਾ ਅਸਲ ਵਿੱਚ ਇਹੋ ਜਵਾਬ ਉਹਦੇ ਮਨ ਵਿੱਚ ਵੀ ਸਵਾਲ ਦੇ ਨਾਲ-ਨਾਲ ਹੀ ਆ ਗਿਆ ਸੀ ਉਹ ਖਾਲੀ ਪਿੰਜਰਾ ਲੈ ਕੇ ਘਰ ਦੇ ਅੰਦਰ ਚਲੀ ਗਈ ਅਹੂਜੇ ਦੇ ਨਾਲ ਵਾਲੇ ਘਰ ਸਪੇਅਰ ਪਾਰਟਸ ਵਾਲਾ ਛਾਬੜਾ ਰਹਿੰਦਾ ਸੀ ਇੱਕ ਤਾਂ ਛਾਬੜਾ ਪਰਿਵਾਰ ਜਾਗਦਾ ਹੀ ਗੋਡੇ-ਗੋਡੇ ਦਿਨ ਚੜ੍ਹਦੇ ਆ ਸੀ ਜਾਗਦੇ ਤਾਂ ਪਤਾ ਨਹੀਂ ਕੌਣ ਸਨ ਕਹਿੰਦੇ ਉਹ ਇਹੋ ਹੀ ਸਨ ਉਹਨਾਂ ਦਾ ਮਤ ਸੀ ਕਿ ਬਹੁਤਾ ਸਵੇਰੇ ਤਾਂ ਨਿੱਕੇ-ਮੋਟੇ ਕੰਮਾਂ ਉੱਤੇ ਲੱਗਣ ਵਾਲੇ ਜਾਂ ਨੌਕਰੀਆਂ ਕਰਨ ਵਾਲੇ ਲੋਕ ਜਾਗਦੇ ਸਨ ਪਰ ਉਹ ਤਾਂ ਮਾਲਕ ਸਨ ਦੂਜਿਆਂ ਨੂੰ ਨੌਕਰ ਰੱਖਣ ਵਾਲੇ ਉਹਨਾਂ ਨੂੰ ਇਸ ਵਕਤੇ ਜਾਗਣ ਦੀ ਕੀ ਲੋੜ ਸੀ ਤੇ ਉਹਨਾਂ ਦੀ ਦੂਜੀ ਅਜੀਬ ਆਦਤ ਇਹ ਸੀ ਕਿ ਬਹੁਤੀ ਵਾਰ ਬਾਹਰ ਖਲੋਤੇ ਆਦਮੀ ਨਾਲ ਲੋਹੇ ਦੇ ਬੰਦ ਗੇਟ ਦੇ ਅੰਦਰੋਂ ਹੀ ਗੱਲ ਕਰਦੇ ਸਨ ਜੇ ਕਿਸੇ ਭਰਾ ਜੀ ਜਾਂ ਭੈਣ ਜੀ ਵਿੱਚ ਘਰ ਦੇ ਅੰਦਰ ਪਹੁੰਚਣ ਦੀ ਕੋਈ ਬਹੁਤੀ ਦ੍ਰਿੜਤਾ ਹੁੰਦੀ ਗੇਟ ਤਾਂ ਦੇ ਖੁੱਲਦਾ ਆਮ ਕਰਕੇ ਤਾਂ ਜਦੋਂ ਗੱਲ ਕਰਨ ਵਾਲੇ ਜਾਂ ਗੱਲ ਕਰਨ ਵਾਲੀ ਦੇ ਪੈਰ ਪੁੱਠੇ ਮੁੜ ਪੈਂਦੇ ਤਾਂ ਮਿਸਟਰ ਛਾਬੜਾ ਜਾਂ ਮਿਸਿਸ ਛਾਬੜਾ ਮੁਲਾਇਮ ਆਵਾਜ਼ ਵਿੱਚ ਕਹਿੰਦੇ ਲਓ ਤੁਸੀਂ ਬਾਹਰ ਹੀ ਮੁੜ ਚੱਲੇ ਅੰਦਰ ਤਾਂ ਆਉਂਦੇ ਦੋ ਕੜੀਆਂ ਬੈਠਦੇ ਇਹ ਸਥਿਤੀ ਅਜੇ ਹੀ ਹੁੰਦੀ ਸੀ ਕਿ ਬੰਦਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਕੋਈ ਉੱਤਰ ਨਾ ਦੇ ਸਕਦਾ ਜਾਣਾ ਤਾਂ ਅਸਲ ਵਿੱਚ ਸਾਡਾ ਸਿੱਧਾ ਅਹੂਜਾ ਦੇ ਘਰ ਹੀ ਬਣਦਾ ਸੀ ਪਰ ਉਹਦੇ ਘਰ ਕੌਣ ਜਾਵੇ ਉਹਦੇ ਹੀ ਕੀ ਕਿਸੇ ਦੇ ਘਰ ਵੀ ਸਵੇਰੇ ਸਵੇਰੇ ਕੌਣ ਜਾਵੇ ਸੋ ਅਹੂਜਾ ਤੋਂ ਸਵੇਰੇ ਸਵੇਰੇ ਕਿੱਥੇ ਪੁੱਛਿਆ ਜਾ ਸਕਦਾ ਸੀ ਕਿ ਉਹਨਾਂ ਦੀ ਮਾਂ ਮਰੀ ਹੈ ਜਾਂ ਇਹ ਲੀੜੇ ਕੱਪੜੇ ਸੁੱਟਣ ਵਾਲੇ ਹੋ ਜਾਣ ਕਰਕੇ ਸੁੱਟ ਦਿੱਤੇ ਗਏ ਸਨ ਉਹਨਾਂ ਨਾਲ ਤਾਂ ਦਿਨ ਨੂੰ ਵੀ ਮੇਲਜੋਲ ਕਰਨਾ ਔਖਾ ਸੀ ਕਿਸੇ ਨੂੰ ਮਿਲ ਕੇ ਉਹ ਖੁਸ਼ ਨਹੀਂ ਸਨ ਹੁੰਦੇ ਇਸ ਹਾਲਤ ਵਿੱਚ ਤਾਂ ਉਹਨਾਂ ਦੇ ਗੁਆਂਢੀ ਮਿਸਟਰ ਅਤੇ ਮਿਸਿਸ ਛਾਬੜਾ ਹੀ ਕੋਈ ਥੋ ਪਤਾ ਦੇ ਸਕਦੇ ਸਨ ਗੁਆਂਢ ਦੀ ਕੁਝ ਤਾਂ ਸੋ ਲੱਗ ਹੀ ਜਾਂਦੀ ਹੈ ਪਰ ਉਹ ਜਾਗਦੇ ਚਰਾਕੇ ਸਨ ਅਜੀਬ ਸਮਾਂ ਆ ਗਿਆ ਹੈ ਜੇ ਕਿਸੇ ਦੁੱਖ ਦੇ ਸੁੱਖ ਦੇ ਦਾ ਪਤਾ ਲੈਣ ਜਾਣਾ ਹੈ ਵੇਲਾ ਦੇਖ ਕੇ ਜਾਓ ਇੱਕ ਤਾਂ ਐਤਵਾਰ ਤੋਂ ਬਿਨਾ ਅਜਿਹੇ ਕੰਮਾਂ ਲਈ ਵੇਲੇ ਕਿੰਨੂ ਹੈ ਤੇ ਐਤਵਾਰ ਨੂੰ ਵੀ ਹੁਣ ਉਹ ਨਾਸ਼ਤਾ ਨਾ ਕਰਦੇ ਹੋਣ ਹੁਣ ਉਹ ਸੀਰੀਅਲ ਦੇਖਦੇ ਹੋਣਗੇ ਹੁਣ ਤਾਂ ਰੋਟੀ ਦਾ ਵੇਲਾ ਹੋ ਗਿਆ ਹੈ ਪਿਛਲੇ ਪਹਿਰ ਤਾਂ ਉਹ ਸੌ ਨਾ ਗਏ ਹੋਣ ਹੁਣ ਤਾਂ ਫਿਲਮ ਚੱਲ ਰਹੀ ਹੈ ਦੁੱਖ ਦਾ ਸੁੱਖ ਦਾ ਤਾਂ ਇੱਕ ਪਾਸੇ ਰਿਹਾ ਮਰੇ ਦੀ ਹਮਦਰਦੀ ਲਈ ਜਾਣ ਵਾਸਤੇ ਵੀ ਵੇਲਾ ਵਿਚਰਨਾ ਪੈਂਦਾ ਹੈ। ਇੱਕ ਪਾਸੇ ਮਰਦ ਇੱਕ ਦੂਜੇ ਨਾਲ ਸਲਾਹਾਂ ਕਰਦੇ ਹਨ ਕਿ ਕਿੰਨੇ ਵਜੇ ਚੱਲਣਾ ਹੈ ਅਤੇ ਉਸ ਸਮੇਂ ਤੱਕ ਆਪਣੇ ਆਪਣੇ ਮਕਾਨ ਦੇ ਅੰਦਰ ਵੜ ਜਾਂਦੇ ਹਨ। ਦੂਜੇ ਪਾਸੇ ਔਰਤਾਂ ਜਾਣ ਦਾ ਸਮਾਂ ਨਿਸ਼ਚਿਤ ਕਰਦੀਆਂ ਹਨ ਅਤੇ ਆਪਣੇ ਆਪਣੇ ਘਰ ਸੂਟ ਸਾਰੀਆਂ ਛਾਂਟਣ ਤੇ ਕੰਗੀ ਪੱਟੀ ਕਰਨ ਲੱਗ ਜਾਂਦੀਆਂ ਹਨ। ਮੌਤ ਕਿਸੇ ਹੋਰ ਦੇ ਘਰ ਹੋ ਗਈ ਹੈ। ਉਹ ਸੋਗੀ ਕੱਪੜੇ ਕਿਉਂ ਪਾਉਣ ਇਹ ਵਾਧੂ ਪੁਰਾਣਾ ਰਿਵਾਜ ਛੱਡ ਦਿੱਤਾ ਗਿਆ ਹੈ ਹੁਣ ਅਹੂਜੇ ਦੇ ਨਾਲ ਵਾਲੇ ਖਾਲੀ ਪਲਾਟ ਵਿੱਚ ਇੱਕ ਬਿਸਤਰਾ ਅਤੇ ਕੁਝ ਜਨਾਨੇ ਕੱਪੜੇ ਸੁੱਟੇ ਪਏ ਹਨ ਮੇਰੀ ਪਤਨੀ ਦਾ ਕਹਿਣਾ ਹੈ ਕਿ ਅਹੂਜੇ ਦੀ ਮਾਪੂਰੀ ਹੋ ਗਈ ਹੈ ਪਰ ਇਹ ਸ਼ੱਕ ਵੀ ਜਾਗਦਾ ਹੈ ਕਿ ਕਿਤੇ ਇਹ ਸਭ ਕੁਝ ਸੁੱਟਣ ਵਾਲਾ ਹੋਣ ਕਰਕੇ ਹੀ ਨਾ ਸੁੱਟ ਦਿੱਤਾ ਗਿਆ ਹੋਵੇ ਪਹਿਲੋਂ ਕਿਤੋਂ ਇਹ ਤਾਂ ਪਤਾ ਲੱਗੇ ਕਿ ਅਹੂਜੇ ਦੀ ਮਾਂ ਸੱਚਮੁੱਚ ਮਰ ਵੀ ਗਈ ਹੈ ਜਾਂ ਨਹੀਂ ਉਹਨਾਂ ਦੇ ਘਰ ਤਾਂ ਸੱਚਮੁੱਚ ਦੀ ਮੌਤ ਕਾਰਨ ਜਾਣਾ ਵੀ ਔਖਾ ਸੀ ਪਰ ਜੇ ਉਹ ਮਾਈ ਦੀ ਮੌਤ ਤੋਂ ਬਿਨਾਂ ਹੀ ਹਮਦਰਦੀ ਲਈ ਪੁੱਜ ਗਏ ਹਾਲਤ ਬਹੁਤ ਕਸੂਤੀ ਹੋ ਜਾਣੀ ਸੀ ਉਹ ਵੀ ਸਮਾਸੀ ਜਦੋਂ ਦੁੱਖ ਦੇ ਸੁੱਖ ਦੇ ਦਾ ਵੇਲਾ ਨਹੀਂ ਸੀ ਦੇਖਿਆ ਜਾਂਦਾ ਤਾਂ ਇਹ ਸੁਰਜਨ ਸਿੰਘ ਦੀ ਮਾਂ ਬਿਸ਼ਨੀ ਅੰਬੋ ਮੰਜੇ ਉੱਤੇ ਪੈ ਗਈ ਤਾਂ ਆਥਣ ਉੱਗਣ ਦੁਪਹਿਰੇ ਤੇ ਪਹਿਰੇ ਜਦੋਂ ਵੀ ਠੀਕ ਲੱਗਦਾ ਉਹਦਾ ਪਤਾ ਲੈਣ ਵਾਲੇ ਆਉਂਦੇ ਰਹਿੰਦੇ ਤੇ ਜਦੋਂ ਉਹਦੇ ਸਾਹਾਂ ਦੀ ਸੰਗਲੀ ਟੁੱਟੀ ਸਿਆਲ ਦੀ ਠਰੀ ਹੋਈ ਰਾਤ ਅੱਧੀ ਇਧਰ ਸੀ ਅੱਧੀ ਉਧਰ ਅਸੀਂ ਤਾਂ ਡੂੰਘੇ ਸੋਤੇ ਉਹਦਾ ਪਤਾ ਲੈ ਕੇ ਆਏ ਸੀ ਉਹ ਬੇਸੁਰਤੀ ਜਹੀ ਵਿੱਚ ਪਈ ਸੀ ਪਰ ਸਾਹ ਟਿਕਾਵੇਂ ਆ ਰਹੇ ਸਨ ਮੇਰੇ ਬਾਪੂ ਨੇ ਇੱਕ ਹੱਥ ਨਾਲ ਉਹਦਾ ਸਿਰ ਥੋੜਾ ਜਿੰਨਾ ਚੁੱਕ ਕੇ ਦੂਜੇ ਨਾਲ ਥਾਂ ਥਾਂ ਤੋਂ ਗਿੱਚੀ ਟੋਹੀ ਸੀ ਫੇਰ ਨਰਮੀ ਨਾਲ ਸਿਰਾਂ ਨੇ ਉੱਤੇ ਟਿਕਾਉਂਦਿਆਂ ਕਿਹਾ ਸੀ ਜਿਵੇਂ ਵਾਹਿਗੁਰੂ ਦੀ ਮਰਜ਼ੀ ਘਰ ਮੁੜਦਿਆਂ ਰਾਹ ਵਿੱਚ ਬਾਪੂ ਬੋਲਿਆ ਸੀ ਕਿ ਚੀਠ ਰਹੀ ਪਈ ਹੈ ਹੁਣ ਚਾਚੀ ਬਹੁਤਾ ਚਿਰ ਨਹੀਂ ਲੰਗਾਉਂਦੀ ਰੱਬ ਦਾ ਕੀ ਪਤਾ ਹੈ ਸਾ ਤਾਂ ਬਿਲਕੁਲ ਸੌਖੇ ਆ ਰਹੇ ਨੇ ਪਈ ਰਹੇ ਤਾਂ 4 ਦਿਨ ਹੋਰ ਪਈ ਰਹੇ ਸ਼ਾਇਦ ਮਾਂ ਨੂੰ ਅੰਬੋ ਦੀ ਮੌਤ ਦੀ ਕਲਪਨਾ ਚੰਗੀ ਨਹੀਂ ਸੀ ਲੱਗ ਰਹੀ ਨਹੀਂ ਹੁਣ ਦਿਨਾਂ ਦੀ ਖੇਡ ਨਹੀਂ ਰਹੀ ਹੁਣ ਤਾਂ ਕੰਟਿਆਂ ਦਾ ਮਾਮਲਾ ਹੈ ਮੇਰੇ ਬਾਪੂ ਨੇ ਨਿਰਾਸ਼ਾ ਨਾਲ ਹੱਥ ਮਾਰਿਆ ਸੀ ਮੈਂ ਬੋਲਿਆ ਕੁਝ ਨਾ ਇਹ ਜੂਣ ਮਰਨਦੀਆਂ ਗੱਲਾਂ ਮੇਰੇ ਸਮਝਣ ਤੋਂ ਅਤੇ ਕੁਝ ਬੋਲਣ ਤੋਂ ਬਹੁਤ ਉੱਚੀਆਂ ਸਨ ਪਰ ਮੇਰੇ ਅੰਦਰ ਕੁਝ ਮਰੋੜਿਆ ਜਾ ਗਿਆ ਇਹ ਕੀ ਅੰਬੋ ਬਿਛਨੀ ਮਰਚਾਵੇਗੀ ਉਹ ਸਾਡੇ ਘਰਾਂ ਵਿੱਚੋਂ ਨਹੀਂ ਸੀ ਪਰ ਮੈਥੋ ਤਾਂ ਉਹ ਤੋਂ ਸਖਣਾ ਆਪਣਾ ਗਲੀ ਗਵਾਂਢ ਸੋਚਿਆ ਕਲਪਿਆ ਨਹੀਂ ਸੀ ਜਾਂਦਾ ਤੇ ਸਾਨੂੰ ਸਾਰਿਆਂ ਨੂੰ ਸੁੱਤਿਆਂ ਪਤਾ ਨਹੀਂ ਕਿੰਨਾ ਕੁ ਸਮਾਂ ਹੋਇਆ ਹੋਵੇਗਾ ਜਦੋਂ ਮੇਰੇ ਬਾਪੂ ਨੂੰ ਮੇਰੀ ਮਾਂ ਝੰਜੋੜਦੀ ਹੋਈ ਬੋਲੀ ਮੈਂ ਕਿਹਾ ਜੀ ਉਠੋ ਲੱਗਦਾ ਐ ਉਹ ਬਿਛਨੀ ਪੂਰੀ ਹੋ ਗਈ ਵੈੜ ਤਾਂ ਪੈਣ ਸ਼ਾਮ ਕੋਰ ਦੇ ਲੱਗਦੇ ਨੇ ਮੇਰੀ ਅੱਖ ਵੀ ਨਾਲ ਹੀ ਖੁੱਲ ਗਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਬੇਬਾਪੂ ਉੱਠ ਖਲੋਤਾ। ਉਹਨੇ ਲਾਲ ਟੈਨ ਬਾਲ ਦਿੱਤੀ ਅਤੇ ਬੋਲਿਆ, "ਹਾਂ, ਬੋਲ ਤਾਂ ਭਾਬੀ ਸ਼ਾਮ ਗੁਰਦਾਈ ਹੈ।" ਮੈਂ ਰਜਾਈ ਵਿੱਚੋਂ ਨਿਕਲ ਕੇ ਜੁੱਤੇ ਪਾਉਣ ਲੱਗ ਪਿਆ। "ਲੈ ਇਹਨੂੰ ਦੇਖੋ।" ਮਾਂ ਬੋਲੀ, "ਵੇ ਤੂੰ ਕਿੱਧਰ ਤੁਰ ਪਿਆ?" "ਮੈਂ ਵੀ ਚੱਲੂੰਗਾ।" ਮੈਂ ਉਧਰੇ ਜਹੇ ਨਾਲ ਜਵਾਬ ਦਿੱਤਾ। ਮੇਰਾ ਤਾਂ ਰੋਣਾ ਨਿਕਲਣ ਵਾਲਾ ਹੋਇਆ ਪਿਆ ਸੀ। "ਕਾਕਾ ਤੂੰ ਕਿੱਧਰ ਚੱਲਣਾ ਹੈ?" "ਬਾਪੂ ਬੋਲਿਆ, ਕਰੇ ਬੈ ਬੇਬੇ ਨਾਲ ਪੈ ਜਾ ਮੈਂ ਆਪਣੀ ਦਾਦੀ ਨੂੰ ਬਾਪੂ ਦੀ ਰੀਸ ਨਾਲ ਬੇਬੇ ਹੀ ਆਖਦਾ ਸੀ ਮੁੰਡੇਓ ਮੇਰੀ ਸੋਟੀ ਕਿੱਥੇ ਐ ਬੇਬੇ ਦਾ ਗਲ ਭਰਿਆ ਪਿਆ ਸੀ ਗਈ ਭੈਣ ਬਿਸ਼ਨੋ ਮੇਰੀ ਬਾਹ ਪੜ ਕੇ ਲੈ ਚੱਲੋ ਭਾਈ ਔਖੇ ਸੌਖੇ ਮੈਥੋਂ ਨਹੀਂ ਹੁਣ ਪਿਆ ਜਾਂਦਾ ਹੁਣ ਪੈਣਾ ਕਿੱਥੇ ਇਸ ਪਿਛੋ ਮਾਂ ਤੇ ਬਾਪੂ ਦਾਦੀ ਨੂੰ ਜਬ ਮੈਨੂੰ ਰੋਕਣ ਲਈ ਕੁਝ ਨਹੀਂ ਬੋਲੇ ਸਾਂਸਾਂ ਕਰਦੀ ਰਾਤ ਵਿੱਚ ਅਸੀਂ ਸਾਰੇ ਗਏ ਤਾਂ ਤਾਇ ਸੁਰਜਨ ਸਿੰਘ ਦਾ ਦਰਵਾਜ਼ਾ ਚੁਪਟ ਖੁੱਲਾ ਪਿਆ ਸੀ ਅੰਬੋ ਬਿਸ਼ਨੀ ਪੁੰਜੇ ਲਾਹੀ ਪਈ ਸੀ ਅਤੇ ਉਹਦੇ ਸਿਰ ਵੱਲ ਬਠਲੀ ਵਿੱਚ ਧੂਫ ਧੁਖ ਰਹੀ ਸੀ ਨੇੜੇ ਦੇ ਘਰਾਂ ਵਾਲੇ ਲੋਕ ਪਹਿਲਾਂ ਹੀ ਇਕੱਠੇ ਹੋਏ ਬੈਠੇ ਸਨ ਇੱਕ ਇੱਕ ਕਰਕੇ ਹੋਰ ਲੋਕ ਆ ਰਹੇ ਸਨ ਉਹਨਾਂ ਦੇ ਬੈਠਣ ਲਈ ਮੰਜੇ ਬਿਸਤਰੇ ਅਤੇ ਘਰ ਦੀਆਂ ਹੋਰ ਚੀਜ਼ਾਂ ਵਸਤਾਂ ਇੱਧਰ ਉੱਧਰ ਸਮੇਟਦਿਆਂ ਪੁੰਜੇ ਦਰੀਆਂ ਖੇਸ ਵਿੱਚਾ ਕੇ ਥਾਂ ਬਣਾਈ ਜਾ ਰਹੀ ਸੀ ਰਾਤੋਂ ਰਾਤ ਰਿਸ਼ਤੇਦਾਰੀਆਂ ਵਾਲੇ ਪਿੰਡਾ ਵਿੱਚ ਪਤਾ ਕਰਨ ਲਈ ਗੱਭਰੂ ਮੁੰਡੇ ਵਿਉਂਤ ਬਣਾ ਕੇ ਆਪਣੇ ਆਤੁਰ ਰਹੇ ਸਨ ਉਸ ਪਿੱਛੋਂ ਸਾਰੀ ਰਾਤ ਕਿਸੇ ਨੇ ਅੱਖ ਨਹੀਂ ਸਿਲਾਈ ਤੇ ਸਭ ਦੀਆਂ ਗੱਲਾਂ ਦਾ ਇੱਕੋ ਹੀ ਵਿਸ਼ਾ ਸੀ ਅੰਬੋ ਬਿਸ਼ਨੀ ਉਹ ਤਾਂ ਸਾਰੇ ਘਰਾਂ ਨੂੰ ਹੀ ਆਪਣਾ ਸਮਝਦੀ ਸੀ ਕਿਸੇ ਦਾ ਕੋਈ ਦੁੱਖ ਸੁੱਖ ਹੋਇਆ ਨਹੀਂ ਅੰਬੋ ਡੰਗੋਰੀ ਫੜ ਕੇ ਪਹੁੰਚੀ ਨਹੀਂ ਮੇਰੇ ਗੁਰਜੰਟ ਦਾ ਵਿਆਹ ਹੋਇਆ ਮੈਂ ਤਾਂ ਮਠਿਆਈ ਵਾਲੀ ਕੋਠੜੀ ਦੀਆਂ ਕੁੰਜੀਆਂ ਅੰਬੋ ਨੂੰ ਫੜਾ ਕੇ ਬੇਫਿਕਰ ਹੋ ਗਈ ਸਾਡੇ ਛੋਟੇ ਦਾ ਤਾਪ ਜਦੋਂ ਬਹੁਤਾ ਵੱਧ ਗਿਆ ਮੁੰਡਾ ਹੁੰਗਰਾ ਮਾਰੇ ਨਾਲੇ ਰੋਵੇ ਅੰਬੋ ساری ਰਾਤ ਉਹਨੂੰ ਬੁੱਕਲ ਵਿੱਚ ਪਾ ਕੇ ਹਿਲਾਉਂਦੀ ਰਹੀ ਤੇ ਮੁੰਡਾ ਵੀ ਅੰਬੋ ਦੀ ਬੁੱਕਲ ਵਿੱਚ ਜਾਂਦਾ ਹੀ ਚੁੱਪ ਕਰ ਗਿਆ ਅੰਬੋ ਵਿਸ਼ਨੀ ਬਾਰੇ ਨਾ ਮੁੱਕਣ ਵਾਲੀਆਂ ਇੰਨਾਂ ਗੱਲਾਂ ਵਿੱਚ ਹੀ ਸੁਸਤੇ ਚਾਲ ਚੱਲਦੀ ਉਦਾਸੀ ਹੋਈ ਸਵੇਰ ਆਈ ਤੇ ਹੁਣ ਇਹ ਵੀ ਪਤਾ ਨਹੀਂ ਸੀ ਕਿ ਅਹੂਜੇ ਦੀ ਮਾਂ ਮਰੀ ਹੈ ਜਬਸ ਉਹਦੇ ਲੀੜੇ ਕੱਪੜੇ ਹੀ ਬਦਲ ਦਿੱਤੇ ਗਏ ਹਾਂ ਜੇ ਮਰੀ ਹੈ ਤਾਂ ਕਦੋਂ ਮਰੀ ਹੈ ਉਹਨੂੰ ਨੁਹਾਉਣ ਧੁਆਣ ਦੀ ਉਹਦੀ ਮਿੱਟੀ ਸਮੇਟਣ ਦੀ ਕੀ ਸਲਾਹ ਬਣੀ ਹੈ ਉੰਜ ਤਾਂ ਵਿਚਾਰੀ ਦਾ ਛੁਟਕਾਰਾ ਹੀ ਹੋਇਆ ਇੱਕ ਦਿਨ ਸੰਗ ਮਰਮਰਦੀਆਂ ਪੌੜੀਆਂ ਤੋਂ ਅਜੇਹੀ ਦਿਲਕੀ ਸੀ ਕਿ ਮੰਜੇ ਨਾਲ ਮੰਜਾ ਹੋ ਕੇ ਰਹਿ ਗਈ ਇੱਕ ਪੌੜੀ ਦੀ ਨੁੱਕਰ ਉਹਦੇ ਰੁੜਦੀ ਆਉਂਦੀ ਦੀ ਰੀੜ ਦੀ ਹੱਡੀ ਵਿੱਚ ਚੁਬ ਗਈ ਅਤੇ ਦੋਵੇਂ ਲੱਤਾਂ ਕੰਮ ਕਰਨ ਤੋਂ ਹਟ ਗਈਆਂ ਉਹ ਸਹਾਰੇ ਤੋਂ ਬਿਨਾਂ ਉੱਠ ਬੈਠ ਵੀ ਨਹੀਂ ਸੀ ਸਕਦੀ ਪਾਸਾ ਵੀ ਨਹੀਂ ਸੀ ਬਦਲ ਸਕਦੀ ਇੱਕ ਪਲ ਵਿੱਚ ਉਹ ਹੀਣੀ ਬਣ ਕੇ ਰਹਿ ਗਈ ਸੀ ਜਿਸ ਨੂੰ ਹੁਣ ਬਾਕੀ ਉਮਰ ਦੂਜਿਆਂ ਉੱਤੇ ਨਿਰਭਰ ਰਹਿਣਾ ਪੈਣਾ ਸੀ ਸੱਟ ਦਾ ਪਤਾ ਲੱਗਣ ਉੱਤੇ ਸਾਡੀ ਗਲੀ ਦੀਆਂ ਤਿੰਨ ਚਾਰ ਜਨਾਨੀਆਂ ਇਕੱਠੀਆਂ ਹੋ ਕੇ ਗਈਆਂ ਸਨ ਕੰਟੀ ਵਜਾਈ ਤਾਂ ਕੁਝ ਸਮੇਂ ਮਗਰੋਂ ਨੌਕਰ ਆਇਆ ਸੀ ਤੇ ਗੇਟ ਖੋਲੇ ਬਿਨਾ ਤੇ ਕੁਝ ਪੁੱਛੇ ਜਾਂ ਸੁਣੇ ਬਿਨਾ ਆਪ ਹੀ ਬੋਲਿਆ ਸੀ ਮਾਤਾ ਜੀ ਤਾਂ ਸੋਏ ਹੋਏ ਆਬ ਠੀਕ ਹੈ ਬੀਬੀ ਜੀ ਨਹਾ ਰਹੇ ਹਨ ਗੇਟ ਖੋਲਣ ਦਾ ਉਹਦਾ ਕੋਈ ਇਰਾਦਾ ਨਹੀਂ ਸੀ ਉਪਰੋਂ ਭਾਣਾ ਇਹ ਵਰਤਿਆ ਕਿ ਕੰਟੀ ਵਜਾਈ ਤੋਂ ਆਇਆ ਭਾਵੇਂ ਨੌਕਰ ਸੀ ਪਰ ਮਿਸਸ ਅਹੂਜਾ ਨੇ ਵੀ ਡਰਾਈਂਗ ਰੂਮ ਦੇ ਪਰਦੇ ਪਿੱਛੋਂ ਬਾਹਰ ਦੇਖਿਆ ਸੀ ਅਤੇ ਉਸ ਨੂੰ ਅਜੀਹਾ ਕਰਦਿਆਂ ਉਹਨਾਂ ਸਾਰਿਆਂ ਨੇ ਦੇਖ ਲਿਆ ਸੀ ਉਹ ਦਿਨ ਤੋਂ ਉਹ ਦਿਨ ਫਿਰ ਕਿਸੇ ਨੇ ਅਹੂਜਾ ਦੀ ਮਾਂ ਦਾ ਪਤਾ ਲੈਣ ਲਈ ਉਹਨਾਂ ਦੇ ਘਰ ਵੱਲ ਮੂੰਹ ਨਹੀਂ ਸੀ ਕੀਤਾ ਅਹੂਜੇ ਦਾ ਪਹਿਲੇ ਦਿਨ ਤੋਂ ਹੀ ਕਿਸੇ ਨਾਲ ਕੋਈ ਬਹੁਤਾ ਵਾਸਤਾ ਨਹੀਂ ਸੀ ਜਦੋਂ ਉਹਨੇ ਮਕਾਨ ਪਾਇਆ ਕੰਮ ठेकेदारਾਂ ਨੂੰ ਸੌਂਪਿਆ ਹੋਇਆ ਸੀ ਨਿਗਰਾਨੀ ਲਈ ਅਤੇ ਚੀਜ਼ਾਂ ਖਰੀਦ ਕੇ ਦੇਣ ਲਈ ਉਹਦੀ ਫੈਕਟਰੀ ਵਿੱਚੋਂ ਹੀ ਬੰਦੇ ਆ ਜਾਂਦੇ ਸਨ ਬਸ ਉਹ ਕਦੇ-ਕਦਈ ਚੱਕਰ ਮਾਰਦਾ ਅਤੇ ਕਿਸੇ ਨਾਲ ਮਿਲਣ ਬੋਲਣ ਦੀ ਕੋਈ ਰੁਚੀ ਦਿਖਾਏ ਬਿਨਾ ਆਪਣਾ ਕੰਮ ਕਰਕੇ ਪਰਤ ਜਾਂਦਾ ਪਹਿਲਾਂ ਤੋਂ ਵਸੇ ਹੋਏ ਲੋਕ ਇੱਕ ਨਵੇਂ ਗਵਾਂਢੀ ਦੀ ਆਉਂਦ ਬਾਰੇ ਥੋੜੇ ਉਤਸਕਤਾ ਹੁੰਦੇ ਪਰ ਬਿਲਕੁਲ ਹੀ ਇੱਕ ਪੱਖੀ ਹੋ ਕੇ ਵੀ ਉਹ ਤੂੰ ਕੌਣ ਮੈਂ ਖਾਮ ਖਾ ਵਾਲੀ ਹਾਲਤ ਵਿੱਚ ਨਹੀਂ ਸੁਣ ਪੈਣਾ ਚਾਹੁੰਦੇ ਪਹਿਲਾਂ ਅਹੂਜਾ ਦੀ ਕੋਠੀ ਦਾ ਬੇਸਮੈਂਟ ਬਣਿਆ ਤੇ ਫਿਰ ਕੋਠੀ ਉਸਾਰੀ ਇੰਡਸਟਰੀਅਲ ਏਰੀਆ ਵਿੱਚ ਉਹਦੀ ਸਟੇਨਲੈਸ ਸਟੀਲ ਦੇ ਬਰਤਨਾਂ ਦੀ ਫੈਕਟਰੀ ਸੀ ਇਹ ਬੇਸਮੈਂਟ ਉਹਨੇ ਸਟੀਲ ਦੀਆਂ ਚਾਦਰਾਂ ਦੇ ਰੂਪ ਵਿੱਚ ਕੱਚਾ ਮਾਲ ਰੱਖਣ ਲਈ ਬਣਾਇਆ ਸੀ ਜਦੋਂ ਉਹਨੇ ਇੱਥੇ ਰਹਿਣਾ ਸ਼ੁਰੂ ਕੀਤਾ ਅਕਸਰ ਹੀ ਉਹਦੀ ਫੈਕਟਰੀ ਦਾ ਟੈਂਪੋ ਆਂਦਾ ਕਦੇ ਉਹ ਨਵੀਆਂ ਖਰੀਦੀਆਂ ਚਾਦਰਾਂ ਰੱਖ ਜਾਂਦਾ ਅਤੇ ਕਦੀ ਬਰਤਨ ਬਣਾਉਣ ਲਈ ਉਹਨਾਂ ਨੂੰ ਲੈ ਆਉਂਦਾ ਅਤੇ ਕਦੀ ਕਿਸੇ ਗਾਹਕ ਦੁਕਾਨਦਾਰ ਦੀ ਮੰਗ ਪੂਰੀ ਕਰਨ ਲਈ ਉਹ ਬਰਤਨ ਚੁੱਕ ਲੈ ਜਾਂਦਾ ਜਿਸ ਦਿਨ ਅਹੂਜਾ ਨੇ ਇੱਥੇ ਵਸਣਾ ਸ਼ੁਰੂ ਕੀਤਾ ਕੁਝ ਧਾਰਮਿਕ ਰਸਮਾਂ ਕੀਤੀਆਂ ਗਈਆਂ ਅਤੇ ਮਹਿਮਾਨਾਂ ਨੂੰ ਖਾਣ-ਪਾਣ ਕਰਵਾਇਆ ਗਿਆ ਬਹੁਤੇ ਲੋਕ ਤਾਂ ਉਪਰੇ ਹੀ ਸਨ ਸ਼ਾਇਦ ਉਹ ਉਹਦੇ ਕਾਰੋਬਾਰੀ ਵਰਤੋਂ ਵਿਹਾਰ ਵਾਲੇ ਲੋਕ ਸਨ ਹੋ ਸਕਦਾ ਹੈ ਕੁਝ ਉਹਦੇ ਪਹਿਲਾਂ ਦੇ ਗਵਾਂਢੀ ਹੋਣ ਪਰ ਇਹ ਸੰਭਾਵਨਾ ਘੱਟ ਹੀ ਸੀ ਆਂਡ ਗਵਾਂਢ ਨਾਲ ਵਰਤੋਂ ਵਿਹਾਰ ਦੀ ਸੀਮਾ ਅਹੂਜਾ ਨੇ ਉਸੇ ਦਿਨ ਸਪਸ਼ਟ ਕਰ ਦਿੱਤੀ ਸੀ ਬਿਲਕੁਲ ਨੇੜੇ ਦੇ 2-4 ਗਵਾਂਢੀਆਂ ਨੂੰ ਉਹਦੇ ਨੌਕਰ ਨੇ ਕੰਟੀ ਵਜਾ ਕੇ ਕਾੜ ਹੱਥੀਂ ਫੜਾ ਦਿੱਤੇ ਸਨ ਗਲੀ ਦੇ ਬਾਕੀ ਲੋਕਾਂ ਦੇ ਕਾਰਡ ਉਹਨਾਂ ਦੇ ਲੈਟਰ ਬਾਕਸਾਂ ਵਿੱਚ ਸੁੱਟ ਦਿੱਤੇ ਗਏ ਸਨ ਅੱਗੇ ਪਿੱਛੇ ਦੀਆਂ ਇਹ ਦੋ ਗਲੀਆਂ ਛੱਡ ਕੇ ਉਹਨੇ ਕਲੋਨੀ ਵਿੱਚ ਕਿਸੇ ਹੋਰ ਨੂੰ ਕਾਰਡ ਨਹੀਂ ਸੀ ਦਿੱਤਾ ਤੇ ਲੋਕ ਇਹਨੇ ਭੋਲੇ ਤਾਂ ਹੈ ਨਹੀਂ ਕਿ ਕਾਰਡ ਭੇਜਣ ਦੇ ਢੰਗ ਤੋਂ ਉਹਦੇ ਅਰਥ ਨਾ ਸਮਝਦੇ ਹੋਣ ਇਹੋ ਢੰਗ ਹੀ ਤਾਂ ਸਪਸ਼ਟ ਕਰਦਾ ਹੈ ਕਿ ਬੁਲਾਉਣ ਵਾਲਾ ਬੁલાਏ ਜਾਣ ਵਾਲੇ ਨੂੰ ਸੱਚਮੁੱਚ ਬੁਲਾ ਰਿਹਾ ਹੈ ਜਾਂ ਐਵੇਂ ਕੰਡਿਆਂ ਉੱਤੋਂ ਹੀ ਕੜੀਸ ਰਿਹਾ ਹੈ ਤੇ ਜੇ ਬੁਲਾ ਰਿਹਾ ਹੈ ਤਾਂ ਕਿੰਨੇ ਕੁ ਆਦਰ ਮਾਨ ਦੇ ਨਾਲ ਸੋ ਨੌਕਰ ਹੱਥ ਭੇਜੇ ਜਾਂ ਲੈਟਰ ਬਾਕਸਾਂ ਵਿੱਚ ਸੁੱਟਵਾਏ ਅਹੂਜਾ ਦੇ ਕਾਢਾਂ ਉੱਤੇ ਕੌਣ ਜਾਂਦਾ ਬਹੁਤਿਆਂ ਦਾ ਜਵਾਬ ਜੋ ਉਹਦੀ ਪਿੱਠ ਪਿੱਛੇ ਹੀ ਦਿੱਤਾ ਗਿਆ ਇਹੋ ਹੀ ਸੀ ਕਿ ਕੋਈ ਕਿਸੇ ਦੇ ਖਾਣ ਦਾ ਭੁੱਖਾ ਨਹੀਂ ਹੁੰਦਾ ਸਭ ਹੀ ਆਪਣੇ ਆਪਣੇ ਘਰ ਰਾਣੀ ਖਾਂ ਹਨ ਪਰ ਬਿਲਕੁਲ ਨੇੜੇ ਦੇ ਗਵਾਂਢੀਆਂ ਨੂੰ ਅਜਿਹੇ ਸਮੇਂ ਵੀ ਇਹ ਸੋਚਣਾ ਪੈਂਦਾ ਹੈ ਕਿ ਪਤਾ ਨਹੀਂ ਕਦੋਂ ਕਿਨੂੰ ਕਿਦੇ ਲੋੜ ਪੈ ਜਾਵੇ ਚਲੋ ਇਹ ਤਾਂ ਜਿਸ ਅਕਲ ਦਾ ਮਾਲਕ ਹੈ ਉਹਦਾ ਵਿਖਾਵਾ ਇਹਨੇ ਕਰ ਦਿੱਤਾ ਆਪਾਂ ਇਹਦੇ ਵਰਗੇ ਹੋਛੇ ਕਿਉਂ ਬਣੀਏ ਗਵਾਂਢ ਮੱਥੇ ਜਾਣਾ ਹੀ ਬਣਦਾ ਹੈ ਹੁਣ ਉਹਦੀ ਮਾਂ ਮਰੀ ਤੇ ਗਵਾਂਢ ਮੱਥੇ ਜਾਣਾ ਹੋਰ ਵੀ ਬਣਦਾ ਸੀ ਕਹਿੰਦੇ ਹਨ ਖੁਸ਼ੀ ਦੇ ਮੌਕੇ ਕਿਸੇ ਦੇ ਜਾਣ ਤੋਂ ਤਾਂ ਬੰਦਾ ਬੇਸ਼ੱਕ ਖੁੰਝ ਜਾਵੇ ਪਰ ਗਮੀ ਦੇ ਮੌਕੇ ਕਦੀ ਪਿੱਛੇ ਨਹੀਂ ਰਹਿਣਾ ਚਾਹੀਦਾ ਖੁਸ਼ੀ ਦੇ ਮੌਕੇ ਤਾਂ ਉਤਸ਼ਾਹ ਹੋਂ ਸਦਕਾ ਆਪਣਾ ਕੰਮ ਨਿਭਾਉਣਾ ਕਿਸੇ ਲਈ ਵੀ ਔਖਾ ਨਹੀਂ ਹੁੰਦਾ ਪਰ ਗਮੀ ਦੇ ਮੌਕੇ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਵਾਲੇ ਚਾਹੀਦੇ ਹੀ ਹਨ ਮੇਰੀ ਪਤਨੀ ਨੇ ਮੈਨੂੰ ਚਾਹ ਫੜਾ ਕੇ ਆਪਣੀ ਪਿਆਲੀ ਮੂੰਹ ਨੂੰ ਲਾਈ ਤਾਂ ਮੈਂ ਆਖਿਆ ਚਾਹ ਪੀ ਕੇ ਆਪਾਂ ਛਾਬੜੇ ਤੋਂ ਪੁੱਛੀ ਆਈਏ ਹੁਣ ਤੱਕ ਤਾਂ ਜਾਗ ਪਏ ਹੋਣਗੇ ਚਲੋ ਚੱਲ ਆਉਂਦੇ ਆਂ ਉਹ ਅਦ ਮੰਨੇ ਜੇ ਮਨ ਨਾਲ ਬੋਲੀ ਉਹਨਾਂ ਤੋਂ ਕਿਹੜਾ ਫਟਾਫਟ ਪਤਾ ਲੱਗ ਜਾਣਾ ਹੈ ਤੁਹਾਡੇ ਯਾਦ ਹੈ ਨਾ ਜਦੋਂ ਇਸ ਮਾਤਾ ਦਾ ਚੀਕ ਚਹਾੜਾ ਸੁਣ ਕੇ ਹਾਂ ਮੈਨੂੰ ਉਹ ਘਟਨਾ ਪੂਰੀ ਦੀ ਪੂਰੀ ਯਾਦ ਸੀ ਉਸ ਦਿਨ ਅਹੂਜਾ ਦੀ ਕੋਠੀ ਦੀ ਪਿਛਲੀ ਖਿੜਕੀ ਪਤਾ ਨਹੀਂ ਕਿਵੇਂ ਖੁੱਲੀ ਰਹਿ ਗਈ ਸੀ ਅਤੇ ਸਾਨੂੰ ਮਾਈ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਗਈਆਂ ਸਨ ਜਿਵੇਂ ਉਹ ਬਹੁਤ ਔਖੀ ਹੋਵੇ ਜਾਂ ਕਿਸੇ ਕਾਰਨ ਜਿਵੇਂ ਉਸਨੂੰ ਕੋਈ ਖਿੱਚ ਤੂ ਕਰ ਰਿਹਾ ਹੋਵੇ ਜਾਂ ਜਿਵੇਂ ਉਹ ਰੱਬ ਦੇ ਅੱਗੇ ਕੋਕ ਰਹੀ ਹੋਵੇ ਫਰਿਆਦ ਕਰ ਰਹੀ ਹੋਵੇ ਮਾਈ ਦੀਆਂ ਹੂਕਾਂ ਦੇ ਖਿੱਚੇ ਅਸੀਂ ਦੋਵੇਂ ਉੱਠੇ ਇਹਨਾਂ ਹੂਕਾਂ ਦਾ ਕਾਰਨ ਜਾਣਨ ਲਈ ਸਿੱਧੇ ਅਹੂਜਾ ਦੇ ਘਰ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ ਅਸੀਂ ਛਾਬੜਾ ਦੇ ਘਰ ਚਲੇ ਗਏ ਛਾਬੜਾ ਬਹੁਤ ਦੱਬੇਵੀਂ ਆਵਾਜ਼ ਵਿੱਚ ਬੋਲਿਆ ਛੱਡੋ ਭਾਈ ਸਾਹਿਬ ਤੁਸੀਂ ਰਤਾ ਹਟਵੇਂ ਹੋ ਅਤੇ ਉੱਧਰ ਇਹਨਾਂ ਦੇ ਬੂਹੇ ਬਾਰੀਆਂ ਬੰਨ੍ਹ ਹੀ ਰਹਿੰਦੇ ਨੇ ਸਾਡੀ ਤਾਂ ਕੰਧ ਸਾਂਝੀ ਹੈ ਅਸੀਂ ਤਾਂ ਸਭ ਸਿੱਧਾ ਅਸਿੱਧਾ ਸੁਣਦੇ ਹੀ ਰਹਿੰਦੇ ਆਂ ਮਿਸਿਸ ਛਾਬੜਾ ਦਾ ਕਹਿਣਾ ਸੀ ਮਾਈ ਕਈ ਵਾਰੀ ਕੱਪੜੇ ਗੰਦੇ ਕਰ ਦਿੰਦੀ ਐ ਆਪ ਤਾਂ ਹੂਜਾ ਜੋ ਚੰਗਾ ਮੰਦਾ ਬੋਲਦਾ ਮੂੰਹ ਹੀ ਬੋਲਦਾ ਬਿਰੋ ਦੀ ਜਨਾਨੀ ਤਾਂ ਬੁੱਢੀ ਦੀਆਂ ਬਾਹਾਂ ਮਰੋੜਨ ਤੱਕ ਜਾਂਦੀ ਐ ਉਹਨੂੰ ਇਹ ਸਾਰੀ ਜਾਣਕਾਰੀ ਅਹੂਜੇ ਦੀ ਨੌਕਰਾਨੀ ਤੋਂ ਮਿਲੀ ਸੀ ਇੱਕ ਦਿਨ ਜੋੜੀ ਤਾਂ ਬਾਲ ਬੱਚੇ ਸਮੇਤ ਕਿਧਰੇ ਗਈ ਹੋਈ ਸੀ ਘਰ ਵਿੱਚ ਸਨ ਕੇਵਲ ਮਾਤਾ ਤੇ ਨੌਕਰਾਨੀ ਮਿਸਿਸ ਛਾਬੜਾ ਨੇ ਪਨੀਰ ਦੇ ਪਕੌੜੇ ਕੱਢ ਕੇ ਵੇੜੇ ਵਿੱਚ ਫਿਰਦੀ ਨੌਕਰਾਨੀ ਨੂੰ ਬੁਲਾ ਲਿਆ ਮਾਤਾ ਤਾਂ ਨਾ ਹੋਇ ਵਰਗੀ ਸੀ ਘਰੇ ਹੋਰ ਕੋਈ ਵੀ ਨਾ ਹੋਣ ਦੇ ਬਾਵਜੂਦ ਉਹ ਚਾਰ ਚਫੇਰੇ ਦੇਖਤੀ ਹੋਈ ਆਈ ਸੀ ਉਹਨੂੰ ਹਿਦਾਇਤ ਸੀ ਕਿ ਉਹਨੇ ਨਾ ਕਿਸੇ ਦੇ ਘਰ ਆਉਣਾ ਜਾਣਾ ਹੈ ਤੇ ਨਾ ਹੀ ਕਿਸੇ ਨਾਲ ਕੋਈ ਗੱਲ ਕਰਨੀ ਹੈ ਪਰ ਸੀਤਾ ਆਖਰ ਵਿਚਾਰੀ ਰੱਬ ਦਾ ਜੀ ਅੰਨ ਖਾਂਦੀ ਸੀ ਤਾਂ ਮਨ ਵਿੱਚ ਇੱਛਾਵਾਂ ਪੈਦਾ ਹੁੰਦੀਆਂ ਸਨ ਕਦੀ ਤਾਂ ਕਿਸੇ ਨਾਲ ਬੋਲਣ ਨੂੰ ਗੱਲ ਕਰਨ ਨੂੰ ਦਿਲ ਕਰਦਾ ਹੀ ਹੈ ਬਸ ਗਰਮ ਚਾਦੀਆਂ ਕੁੱਟਾ ਨਾਲ ਪਕੌੜਿਆਂ ਦਾ ਅੰਦਰ ਲੰਘਣਾ ਸੀ ਕਿ ਗੱਲਾਂ ਉਹਨੇ ਸਾਰੀਆਂ ਬਾਹਰ ਉਗਲਛ ਦਿੱਤੀਆਂ ਜਿਵੇਂ ਕੱਡੂ-ਕੱਡੂ ਕਰਦੀ ਹੋਈ ਇਹ ਸਭ ਕੁਝ ਆਪਣੇ ਢਿੱਡ ਵਿੱਚ ਚੁੱਕੀ ਫਿਰਦੀ ਹੋਵੇ ਸੋ ਭਾਈ ਸਾਹਿਬ ਇਹ ਮਾਤਾ ਜੀ ਦੀਆਂ ਚੀਕਾਂ ਤਾਂ ਰੋਜ਼ ਦਾ ਮਾਮਲਾ ਹੈ ਆਪਾਂ ਕਿਸੇ ਦੀ ਅੱਗ ਨਾਲ ਹੱਥ ਕਿਉਂ ਫੂਕੀਏ ਤੁਸੀਂ ਚਾਹ ਪਾਣੀ ਦਸੋ ਤੇ ਘਰ ਜਾ ਕੇ ਆਰਾਮ ਕਰੋ ਛਾਬੜਾ ਸਾਹਿਬ ਨੇ ਗੱਲ ਮੁਕਾ ਦਿੱਤੀ ਚਾਹ ਵਾਲੀਆਂ ਪਿਆਲੀਆਂ ਰਸੋਈ ਵਿੱਚ ਰੱਖ ਦਿਆਂ ਮੇਰੀ ਪਤਨੀ ਨੇ ਕਿਹਾ ਚਲੋ ਛਾਬੜਿਆਂ ਨੂੰ ਘਟੋ ਘਟੇ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਮਾਤਾ ਪੂਰੀ ਹੋ ਗਈ ਹੈ ਜਾਂ ਚੱਲ ਮੈਂ ਖੜਾ ਹੋ ਗਿਆ ਜੇ ਮਾਈ ਚੱਲ ਗਈ ਹੋਈ ਅੱਜ ਤਾਂ ਸਾਲੇ ਨੂੰ ਉਹਦੇ ਅੰਤਮ ਅਸ਼্নান ਲਈ ਦੋ ਚਾਰ ਔਰਤਾਂ ਅਤੇ ਉਹਨੂੰ ਸ਼ਮਸ਼ਾਨ ਲਿਜਾਣ ਲਈ ਪੰਜ ਸੱਤ ਬੰਦੇ ਚਾਹੀਦੇ ਹੀ ਹੋਣਗੇ ਸਾਡਾ ਗੇਟ ਤੋਂ ਪਰਤਣ ਦਾ ਇਰਾਦਾ ਨਾ ਦੇਖ ਕੇ ਡਰਾਈング ਰੂਮ ਦਾ ਬੂਹਾ ਖੋਲਦਿਆਂ ਛਾਬੜਾ ਬੋਲਿਆ ਅੱਜ ਕਿਵੇਂ ਸਵੇਰੀ ਸਵੇਰੇ ਅੰਦਰੋਂ ਮੈਕਸੀ ਦੇ ਅੱਗੇ ਨਾਲ ਹੱਥ ਪਹੁੰਚਦੀ ਮਿਸਿਸ ਛਾਬੜਾ ਵੀ ਸਾਡੇ ਕੋਲ ਆ ਬੈਠੀ ਸਵੇਰੇ ਸਵੇਰੇ ਤਾਂ ਗੱਲ ਹੋਰ ਤਰ੍ਹਾਂ ਦੀ ਲੱਗਦੀ ਐ ਛਾਬੜਾ ਸਾਹਿਬ ਪਰ ਕੀ ਕਰੀਏ ਆਖਰ ਗਵਾਂਡ ਮੱਥੇ ਮੈਚ ਜਿਗਜਹੀ ਨਾਲ ਗੱਲ ਤੋਰੀ ਉਹ ਦੋਵੇਂ ਇਕੱਠੇ ਹੀ ਸਾਵਧਾਨ ਹੋ ਕੇ ਬੋਲੇ ਦੱਸੋ ਸ਼ਾਇਦ ਉਹ ਸਮਝਦੇ ਸਨ ਕਿ ਅਸੀਂ ਉਹਨਾਂ ਕੋਲ ਹੀ ਕਿਸੇ ਕਿਸਮ ਦਾ ਗਿਲਾ ਜਾਂ ਉਲੰਬਾ ਦੇਣਾ ਹੈ। ਆਖਰਕਾਰ ਦੇ ਪਿੱਛੇ ਘਰ ਹੋਣ ਦੀ ਸਾਂਝ ਸੀ। ਗੱਲ ਇਹ ਹੈ ਵੈਸੇ ਤਾਂ ਸਵੇਰੇ-ਸਵੇਰੇ ਮੈਂ ਫਿਰ ਚਿਜ ਗਿਆ। ਅਸਲ ਵਿੱਚ ਕਿਸੇ ਹੋਰ ਦੇ ਘਰ ਦੀ ਮੌਤ ਦੀ ਗੱਲ ਕਿਸੇ ਤੀਜੇ ਦੇ ਘਰ ਉਹ ਵੀ ਸਵੇਰੇ-ਸਵੇਰੇ ਕਰਦਿਆਂ ਮੈਨੂੰ ਪਰੇਸ਼ਾਨੀ ਹੋ ਰਹੀ ਸੀ ਪਰ ਚਿਜਕ ਤਾਂ ਛੱਡਣੀ ਹੀ ਪੈਣੀ ਸੀ। ਇੱਧਰ ਖਾਲੀ ਪਲਾਟ ਵਿੱਚ ਬਿਸਤਰਾ ਤੇ ਜਨਾਨੇ ਕੱਪੜੇ ਸੁੱਟੇ ਪਏ ਨੇ ਲੱਗਦਾ ਹੈ ਉਹ ਜੇ ਦੀ ਮਾਤਾ ਛਾਬੜੇ ਨੇ ਤਣਾਅ ਮੁਕਤ ਹੋ ਕੇ ਸੋਫੇ ਨਾਲ ਢੋ ਲਈ ਤੇ ਮੇਰੀ ਗੱਲ ਵਿਚਾਲਿਓ ਟੁੱਕੀ ਅੱਛਾ ਇਹ ਪਰੇਸ਼ਾਨੀ ਹੈ ਉਹ ਤਾਂ ਵਿਚਾਰੀ ਕੱਲ ਦੁਪਹਿਰੇ ਹੀ ਮਰ ਗਈ ਸੀ ਮਿਸਿਸ ਛਾਬੜਾ ਵੀ ਸਹਿਜ ਹੋ ਗਈ ਮਰੀ ਕੀ ਪਰਾਜੀ पिੰਜਰੇ ਵਿੱਚੋਂ ਛੁੱਟ ਗਈ ਨਰਕ ਜੂਨ ਕੱਟੀ ਗਈ ਵਿਚਾਰੀ ਦੀ ਉਨੇ ਸ਼ੁਕਰਾਨੇ ਵਜੋਂ ਰੱਬ ਵੱਲ ਹੱਥ ਜੋੜੇ ਇਹੋ ਜਿਹਾ ਵੇਲਾ ਰੱਬ ਕਿਸੇ ਉੱਤੇ ਨਾ ਲਿਆਵੇ ਤੁਹਾਨੂੰ ਤਾਂ ਸਭ ਪਤਾ ਹੀ ਹੈ ਗੱਲ ਨੂੰ ਕੀ ਖਿੱਚਣਾ ਹੈ ਛਾਬੜੇ ਨੇ ਮੁਕਦੀ ਕਰਨੀ ਚਾਹੀ ਚਾਹ ਪੀਓ ਪਿਆਲੀ ਪਿਆਲੀ ਨਹੀਂ ਚਾਹ ਤੇ ਹੁਣੇ ਪੀ ਕੇ ਆਏ ਆ ਮੇਰੀ ਪਤਨੀ ਬੋਲੀ ਕੱਲ ਸ਼ਾਮ ਨੂੰ ਤਾਂ ਉੱਥੇ ਲੀੜੇ ਕੱਪੜੇ ਹੈ ਨਹੀਂ ਸਨ ਅਸੀਂ ਸੋਚਿਆ ਮਾਤਾ ਰਾਤ ਨੂੰ ਪੂਰੀ ਹੋਈ ਹੋਵੇਗੀ ਚਲੋ ਜੋ ਹੋਇਆ ਛਾਬੜਾ ਸਾਹਿਬ ਸੌ ਤਾਂ ਹੋਇਆ ਮੈਂ ਉਹਦੇ ਮੋਢੇ ਉੱਤੇ ਹੱਥ ਰੱਖਿਆ ਆਓ ਚੱਲੀਏ ਇਹਨਾਂ ਨਾਲ ਸੰਬੰਧ ਕਿਹੋ ਜਿਹਾ ਵੀ ਹੋਣ ਮਰਨ ਵਾਲੀ ਦੇ ਅੰਤਮ ਸੰਸਕਾਰ ਵਾਸਤੇ ਤਾਂ ਉਹ ਵੀ ਕੱਲ ਪਿਛਲੇ ਪਹਿਰ ਹੋ ਗਿਆ ਉਹਨੇ ਜਵਾਬ ਦਿੱਤਾ ਸਾਨੂੰ ਵੀ ਸ਼ਾਮ ਨੂੰ ਜਾ ਕੇ ਪਤਾ ਲੱਗਿਆ ਕਿਵੇਂ ਆਦਮੀਆਂ ਤੇ ਔਰਤਾਂ ਤੋਂ ਬਿਨਾ ਮੈਂ ਹੈਰਾਨ ਹੋ ਕੇ ਰਹਿ ਗਿਆ ਅੰਤਿਮ ਸ਼ਨਾਤ ਦਾ ਵਾਦੂ ਦੀ ਰਸਮ ਹੈ ਪਾਈ ਸਾਹਿਬ ਮਿੱਟੀ ਨੂੰ ਨੋਹਾਓ ਜਾਂ ਨਾਂ ਨੂੰ ਨੋਹਾਓ ਕੀ ਫਰਕ ਪੈਂਦਾ ਹੈ ਨਾ ਮਿੱਟੀ ਨੂੰ ਫਰਕ ਨਾ ਕਿਸੇ ਹੋਰ ਨੂੰ ਤੇ ਅਰਥੀ ਲਈ ਫੈਕਟਰੀ ਤੋਂ ਮਜ਼ਦੂਰ ਟੈਂਪੂ ਲੈ ਆਏ ਸੀ ਮਾਤਾ ਦੀ ਦੇ ਲੱਦ ਕੇ ਸ਼ਮਸ਼ਾਨ ਘਾਟ ਲੈ ਗਏ ਛਾਬੜੇ ਨੇ ਸਾਰਾ ਕੁਝ ਇੰਨੇ ਸਹਿਜ ਵਿੱਚ ਹੋਇਆ ਦੱਸਿਆ ਜਿੰਨੇ ਸਹਿਜ ਨਾਲ ਮੇਰੀ ਪਤਨੀ ਕੁਝ ਸਮਾਂ ਪਹਿਲਾਂ ਚੂਹੀ ਨੂੰ ਪਿੰਜਰੇ ਵਿੱਚੋਂ ਬਾਹਰ ਛੱਡ ਕੇ ਆਈ ਸੀ